ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸਾਜਿਦ ਵੀਰ, ਤੁਸੀਂ ਵੇਖ ਰਹੇ ਜੀ YouTube ਚੈਨਲ ਮੇਰਾ ਸਾਹੀਵਾਲ ਟੀਵੀ। ਜਿਵੇਂ ਕਿ ਤੁਸੀਂ ਜਾਣਦੇ ਜੀ, ਅਸੀਂ ਵੀਰਾਂ ਵਾਸਤੇ ਹਰ ਰੋਜ਼ ਕੋਸ਼ਿਸ਼ ਕਰੀਦੀ ਅੱਛੇ ਤੇ ਖੂਬਸੂਰਤ ਜਾਨਵਰ ਲੈ ਕੇ ਹਾਜ਼ਰ ਹੋਈਏ। ਇਸੇ ਤਰ੍ਹਾਂ ਰੋਜ਼ ਦੀ ਨਿਸਬਤ ਅੱਜ ਫਿਰ ਵੀਰਾਂ ਵਾਸਤੇ ਕੁਝ ਜਾਨਵਰ ਦੀ ਵੀਡੀਓ ਲੈ ਕੇ ਹਾਜ਼ਰ ਹੋਈਏ। ਉਮੀਦ ਕਰਾਂਗੇ ਹਰ ਰੋਜ਼ ਤਰ੍ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਏਗੀ। ਇਸ ਤੋਂ ਪਹਿਲੇ ਤੁਹਾਨੂੰ ਜਾਨਵਰ ਖਾਈਏ, ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ, ਨਾਲ ਲੱਗੇ ਬੈਲ ਆਈਕਨ ਨੂੰ ਕਰੋ ਪ੍ਰੈਸ, ਤਾਂ ਕਿ ਸਾਡੀ ਨਈ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਵੀਰਾਂ ਤੱਕ ਪਹੁੰਚਣ। ਅੱਜ ਵੀਰਾਂ ਵਾਸਤੇ ਅਸੀਂ ਦੋ ਜਾਨਵਰ ਲੈ ਕੇ ਆਏ ਹਾਂ। ਪਹੁੰਚੇ ਭਾਈ ਆਸਫ ਕੋਲੇ, ਸਾਡੇ ਬੜੇ ਪਿਆਰੇ ਦੋਸਤ, ਬੜੇ ਪਿਆਰੇ ਸਬਸਕ੍ਰਾਈਬਰ, ਉਹਨਾਂ ਨੇ ਸਾਨੂੰ ਅੱਜ ਦਾਵਤ ਦਿੱਤੀ ਹੈ। ਕਾਫੀ ਦਿਨਾਂ ਤੋਂ ਬਾਅਦ ਅਸੀਂ ਭਾਈ ਆਸਫ ਕੋਲੇ ਆਏ ਹਾਂ ਅਤੇ ਮਾਸ਼ਾਅੱਲਾ ਦੋ ਨਜਾਬ ਹੀਰੇ ਭਾਈ ਆਸਫ ਲੈ ਕੇ ਆਇਆ। ਇਸ ਤੋਂ ਪਹਿਲੇ ਤੁਹਾਨੂੰ ਜਾਨਵਰ ਖਾਈਏ, ਸਭ ਤੋਂ ਪਹਿਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਹੁਣ ਮੈਂ ਆਪਦੇ ਕੈਮਰਾਮੈਨ ਨੂੰ ਆਉਂਦਾ ਕਿ ਜਾਨਵਰ ਦੀਆਂ ਤਸੱਲੀਆਂ ਕਰਾ ਦੇ। ਜਾਨਵਰ ਨੰਬਰ ਇੱਕ, ਸਭ ਤੋਂ ਪਹਿਲਾਂ ਉਹਦਾ ਤੁਸੀਂ ਕੱਦ ਕਾਠ ਵੇਖਣਾ ਹੈ ਜਾਨਵਰ ਨੰਬਰ ਇੱਕ ਦਾ। ਬਾਕੀ ਸਾਰੀਆਂ ਤਸੱਲੀਆਂ ਲਵਾਂਗੇ ਮਾਲਕਾਂ ਤੋਂ। ਇਹ ਜਾਨਵਰ ਨੰਬਰ ਇੱਕ ਜੇ ਬੜਾ ਹੀ ਖੂਬਸੂਰਤ ਅਤੇ ਲਾਜਵਾਬ ਜਾਨਵਰ, ਜਿਹੜੇ ਦੋਸਤ ਵੀਰ ਜਾਨਵਰ ਨੂੰ ਸਮਝਦੇ ਨੇ, ਪਰਖਣ ਰੱਖਣ ਵਾਲੇ ਨੇ, ਉਹ ਸਮਝਦੇ ਨੇ ਵੀ ਵਾਕਿਆ ਹੀ ਇਹ ਜਾਨਵਰ ਲਾਜਵਾਬ ਹੈ। ਦੁੱਧ ਦੇਣ ਵਾਲਾ ਜਾਨਵਰ ਜੀ, ਥੋੜ੍ਹਾ ਖਾ ਕੇ ਜ਼ਿਆਦਾ ਦੁੱਧ ਦੇਣ ਵਾਲਾ ਜਾਨਵਰ ਜੀ। ਜਾਨਵਰ ਦੇ ਤੁਸੀਂ ਪੁੱਠੇ ਚੈੱਕ ਕਰਨੇ ਹੈ, ਖੁੱਡੇ ਵੇਖਣੇ ਹੈ। ਮਾਸ਼ਾਅੱਲਾ ਬੜਾ ਹੀ ਲਾਜਵਾਬ ਅਤੇ ਲਾਜਵਾਬ ਥਣ ਅਤੇ ਲਾਜਵਾਬ ਹਾਈਟ ਅਤੇ ਮਾਸ਼ਾਅੱਲਾ ਵਿਰਲਾਂ ਬੜੀਆਂ ਜਾਨਵਰ ਦੀਆਂ। ਜਾਨਵਰ ਦੀਆਂ ਬਰੀਕੀਆਂ ਤੁਸੀਂ ਨੋਟ ਕਰਨੀਆਂ, ਤੁਰਨ ਫਿਰਨ ਵੀ ਚੈੱਕ ਕਰਾਵਾਂਗੇ। ਮੇਰਾ ਕੈਮਰਾਮੈਨ ਤੁਹਾਨੂੰ ਹੁਣ ਥਣ ਵਿਖਾ ਰਿਹਾ, ਮੁੱਠ ਭਰ ਥਣ ਲਗਾਇਆ, ਵੰਡਾਂ ਜਾਨਵਰ ਦੀਆਂ ਪੂਰੀਆਂ, ਵਿਰਲਾਂ ਬੜੀਆਂ ਜਾਨਵਰ ਦੀਆਂ, ਰੰਗ ਬੜਾ ਸੋਹਣਾ ਜਾਨਵਰ ਦਾ, ਲੈਣੇ ਦੇਣੇ ਨਸੀਬ। ਅਸੀਂ ਤੁਰਨ ਫਿਰਨ ਵੀ ਵੀਰਾਂ ਨੂੰ ਚੈੱਕ ਕਰਵਾਉਣੇ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਚੀਜ਼ ਵੀ ਜਾਨਵਰ ਦੀ ਰਹਿ ਨਾ ਜਾਵੇ, ਜਿਹੜੀ ਅਸੀਂ ਕੈਮਰੇ ਦੀ ਨਜ਼ਰ ਤੋਂ ਨਾ ਗੁਜ਼ਰੀਏ। ਜਾਨਵਰ ਤੁਸੀਂ ਵੇਖ ਲਿਓ, ਸਿਰੋ ਮੋਨੀ ਜੇ ਹਵਾਨਾ, ਮਾਸ਼ਾਅੱਲਾ ਹਾੜਾਂ ਵਾਲਾ ਅਤੇ ਲਾਜਵਾਬ ਸੋਹਣਾ ਹਵਾਨਾ, ਵੰਡਾ ਪੂਰੀਆਂ ਵੇਖ ਲਓ ਤੁਸੀਂ। ਇਹ ਹੁੰਦਾ ਫਾੜਾਂ ਵਾਲਾ ਹਵਾਨਾ, ਬਿਲਕੁਲ ਬੜਾ ਅਸੀਲ ਜਾਨਵਰ। ਇਹਨੂੰ ਆਉਂਦੇ ਨੇ ਜਾਨਵਰ ਦੀ ਅਸੀਲੀਅਤ, ਵੇਖ ਸਕਦੇ ਹੋ ਤੁਸੀਂ। ਮੁੱਠ ਭਰ ਥਣ ਲੱਗਾ ਪਰ ਵਾਲਾ, ਇਹ ਥਣ ਹੁੰਦਾ ਮੁੱਠ ਭਰ। ਐਡਾ ਅਸੀਲ ਜਾਨਵਰ ਦੂਜਨ ਵਿਹੜੀ ਹੋ ਕੇ, ਮਾਸ਼ਾਅੱਲਾ ਐਡੀ ਅਸੀਲ ਸਹੁ, ਕੋਈ ਜਾਨਵਰ ਹੀ ਹੁੰਦਾ ਸਹੁ ਚ ਇੱਕ ਹੀ। ਕੱਦ ਕਾਠ ਵੈੜ ਦਾ ਪੂਰਾ ਹੈ, ਰੀਜਨਲ ਮੋਨੀ ਸਿਰੋਂ, ਰੰਗ ਬੜਾ ਸੋਹਣਾ, ਵੇਲ ਬੜੀ ਜਾਨਵਰ ਦੀ। ਇਹਦੇ ਜਾਨਵਰ ਨੰਬਰ ਇੱਕ ਬੜੀ ਬਰੀਕ ਵੈੜ ਹੈ, ਹੀਰਾ ਵੀਰਾਂ ਵਾਸਤੇ ਅੱਜ ਲੈ ਕੇ ਆਉਂਦਾ ਹੈ। ਕੱਦ ਵੀ ਪੂਰਾ ਹੈ ਮਾਸ਼ਾਅੱਲਾ, ਖੂਨ ਪੇਤ ਵੀ ਪੂਰੀ ਹੈ, ਚਾਰ ਧਰੇ ਜੀ ਸਿਰਫ ਸੀ ਇਹਦੇ ਜਿਹੜੇ ਕੰਨ ਨੇ, ਕੰਨ ਫਾਮੀ ਮੂੰਹ ਫਾ ਦੇ ਵੀਰਾਂ, ਕੰਨ ਮੇਰੇ ਵੀਰ ਭਰਾ ਵੇਖ ਲੈਣ, ਚਾਰ ਚਾਰ ਉਂਗਲਾਂ ਸਿਰਫ ਕੰਨ, ਮੂੰਹ ਵੀ ਵੀਰਾਂ ਨੂੰ ਵਿਖਾ ਦਿੰਦੇ, ਤਸੱਲੀਆਂ ਕਰ ਲੈਣ ਵੀਰ। ਠੀਕ ਜੀ, ਪੂਰੀ ਹੈ, ਪੂਰੀ ਹੈ ਮੂੰਹ ਪੂਰੀ ਹੈ, ਅਤੇ ਮਾਸ਼ਾਅੱਲਾ ਕੋਈ ਸਿੰਘ ਦਾ ਨਿਸ਼ਾਨ ਨਹੀਂ ਹੈਗਾ, ਪੋਲ ਬਣਿਆ ਹੈ, ਮੱਥੇ 'ਤੇ ਚਿੱਟਾ ਰੰਗ ਥੋੜ੍ਹਾ ਜਿਹਾ, ਅਤੇ ਓਰਿਜਨਲ ਸਿਰੋ ਮੋਨੀ ਜੇ। ਇਹ ਜਾਨਵਰ ਨੰਬਰ ਨੰਬਰ ਇੱਕ ਦੀਆਂ ਤੁਸੀਂ ਕਰ ਲਿਆ ਤਸੱਲੀਆਂ। ਜਾਨਵਰ ਨੰਬਰ ਦੋ, ਕੱਦ ਵਿਖਾਓ ਜਾਨਵਰ ਦਾ। ਜਾਨਵਰ ਦਾ ਸਭ ਤੋਂ ਪਹਿਲਾਂ ਮੈਂ ਆਪਦੇ ਕੈਮਰਾਮੈਨ ਨੂੰ ਕਹਿ ਰਿਹਾ ਕਿ ਕੱਦ ਵਿਖਾਵੇ, ਦੂਸਰੀ ਸਾਈਡ 'ਤੇ ਬੰਦਾ ਖੜਾ ਨਜ਼ਰ ਨਹੀਂ ਆਉਂਦਾ, ਬੰਦੇ ਦੇ ਮੱਥੇ ਜਿੰਨੀ ਜਾਨਵਰ ਦੀ ਹਾਈਟ ਹੈ, ਕੱਦ ਬਹੁਤ ਜ਼ਿਆਦਾ ਜਾਨਵਰ ਦਾ। ਸੌ ਜਾਨਵਰਾਂ 'ਚੋਂ ਸੌ ਗਾਵਾਂ ਲੱਭੀਏ ਅਤੇ ਦੋ ਤਿੰਨ ਗਾਵਾਂ ਐਸੀਆਂ ਹੁੰਦੀਆਂ ਜਿਹਦਾ ਕੱਦ ਏਡਾ ਹੋਵੇ, ਅਤੇ ਲਾਜਵਾਬ ਹਵਾਨਾ, ਫਾੜਾਂ ਵਾਲਾ ਹਵਾਨਾ ਕੈਮਰੇ ਦੀ ਨਜ਼ਰ ਦੇ ਸਾਹਮਣੇ ਹੈ। ਆਹ ਵੇਖ ਲਓ ਤੁਸੀਂ ਫਾੜਾਂ ਵਾਲਾ ਹਵਾਨਾ, ਬੜਾ ਹੀ ਖੂਬਸੂਰਤ ਥਣ, ਬੜਾ ਪਿਆਰਾ ਲੱਗਾ ਹੈ ਮੁੱਠ ਭਰ, ਇਹਨੂੰ ਆਉਂਦੇ ਨੇ ਮੁੱਠ ਭਰ ਥਣ, ਅਤੇ ਮਾਸ਼ਾਅੱਲਾ ਹਵਾਨੇ ਦੀ ਕੁਆਲਿਟੀ ਵੀ ਲਾਜਵਾਬ ਹੈ। ਥਣ ਮੇਰੇ ਵੀਰ ਵੇਖ ਲੈਣ, ਵੰਡਾਂ ਜਾਨਵਰ ਦੀਆਂ ਪੂਰੀਆਂ, ਵਿਰਲਾ ਥਣਾਂ ਦੀਆਂ ਪੂਰੀਆਂ, ਅਤੇ ਪਾਵਰ ਵਾਲਾ ਥਣ ਲੱਗਾ ਹੋਇਆ, ਸੀਰੋ ਓਰਿਜਨਲ ਮੋਨੀ ਜੇ। ਤੁਰਨ ਫਿਰਨ ਵੀ ਵੀਰਾਂ ਦੇ ਸਾਹਮਣੇ ਹੈ, ਸੋਲ੍ਹਾਂ ਆਨੇ ਤੁਰਨ ਫਿਰਨ, ਕੋਈ ਸਰ ਨਹੀਂ, ਕੋਈ ਮਰੋੜ ਨਹੀਂ, ਕੋਈ ਕੁਛ ਨਹੀਂ, ਸੋਲ੍ਹਾਂ ਆਨੇ ਤੁਰਨ ਫਿਰਨ, ਘੋੜੇ ਵਰਗੀ ਮਾਸ਼ਾਅੱਲਾ ਚਾਲ ਹੈ। ਹਵਾਨਾ ਤੁਹਾਨੂੰ ਇੱਕ ਵਾਰ ਫਿਰ ਵਿਖਾ ਦਿੰਦੇ ਹਾਂ, ਮੇਰਾ ਕੈਮਰਾਮੈਨ ਬੜੀ ਮਿਹਨਤ ਕਰਕੇ
ਬੜੀ ਕੋਸ਼ਿਸ਼ ਕਰਕੇ ਵੀਰਾਂ ਦੀ ਨਜ਼ਰ ਤੋਂ ਹਰ ਚੀਜ਼ ਵਿਖਾ ਰਿਹਾ ਹੈ। ਮੇਰੇ ਵੀਰਾਂ ਨੇ ਕਰਨੀ ਤਸੱਲੀ, ਲੈਣੇ ਦੇਣ ਹਰ ਰੋਜ਼ ਤਰ੍ਹਾਂ ਨਸੀਬ ਹੁੰਦੇ ਨੇ। ਸਾਡੀ ਕੋਸ਼ਿਸ਼ ਹੁੰਦੀ ਹੈ ਅੱਛੇ ਅਤੇ ਖੂਬਸੂਰਤ ਜਾਨਵਰ ਲੈ ਕੇ ਅਤੇ ਮਿਆਰੀ ਜਾਨਵਰ ਲੈ ਕੇ ਵੀਰਾਂ ਵਾਸਤੇ ਵੀਰਾਂ ਦੀ ਖਿਦਮਤ ਵਿੱਚ ਹਾਜ਼ਰ ਹੋਈਏ। ਅਤੇ ਇਸੇ ਤਰ੍ਹਾਂ ਅਸੀਂ ਸਾਡੀ ਜਿਹੜੀ ਟੀਮ ਹੈ ਮੇਰਾ ਸਾਹੀਵਾਲ ਦੀ ਟੀਮ ਜਿਹੜੀ ਮਿਹਨਤ ਕਰਦੀ ਰਹੇਗੀ, ਅੱਛੇ ਅਤੇ ਮਿਆਰੀ ਜਾਨਵਰ ਲੈ ਕੇ ਹਾਜ਼ਰ ਹੁੰਦੀ ਰਹੇਗੀ। ਜਾਨਵਰ ਮੇਰੇ ਵੀਰਾਂ ਨੇ ਵੇਖ ਲਿਆ, ਇਹ ਜਾਨਵਰ ਨੰਬਰ 2 ਸੀ। ਹੁਣ ਆਪਾਂ ਪਹਿਲਾਂ ਇਹਨਾਂ ਗੱਲਾਂ ਕਰਾਂਗੇ ਭਾਈ ਅਸਰ ਨਾਲ, ਪੁੱਛਾਂਗੇ ਇਹਦਾ ਕੀ ਹਿਸਾਬ ਕਿਤਾਬ ਹੈ। ਇਸ ਥੱਲੇ ਭਾਈ ਜਾਨ ਵੱਛੀ ਹੈ, ਜਾਨਵਰ ਨੰਬਰ 2 ਥੱਲੇ ਕੀ ਹੈ? ਵੱਛੀ ਵੱਛੀ ਵਿਖਾਵੀ ਜਾਨ, ਤੇ ਜਾਨਵਰ ਨੰਬਰ 2 ਦੀ ਤੁਹਾਨੂੰ ਵੱਛੀ ਵਿਖਾਣੀ ਹੈ। ਪਿੱਛੇ ਹੁੰਦੇ ਵੱਛੀ ਜੀ, ਭਾਈ ਅਸਰ ਕਹਿ ਰਿਹਾ ਉਹ ਨਹੀਂ ਨਹੀਂ ਇਹ ਜਾਨਵਰ ਨੰਬਰ 1 ਜਾਨਵਰ ਨੰਬਰ 1 ਦੀ ਹੈ ਵੱਛੀ ਜੀ। ਨਾੜੂਆ ਲੰਮਕ ਰਿਹਾ ਅਸਰ, ਨਾੜੂਆ ਵਿਖਾ ਦੀ ਵੱਛੀ ਇਹ ਆ ਦੇਖ ਲਓ, ਥੋੜਾ ਦੂਰ ਕਰ ਦਿਓ। ਹਾਂ ਆਪਾਂ ਕਰਦੇ ਬਾਈ ਆਸਫ ਨਾਲ ਗੱਲ, ਕੁਛ ਨੀ ਆਉਂਦਾ, ਕੀ ਸਿਲਸਿਲੇ ਨੇ, ਕੀ ਹਿਸਾਬ ਕਿਤਾਬ? ਆਓ ਬਾਈ ਆਸਫ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜੀ। ਕੀ ਹਾਲ ਨੇ ਬਾਈ ਆਸਫ? ਅੱਲਾ ਦਾ ਸ਼ੁਕਰ ਹੈ ਬਾਈ ਜਾਨ, ਠੀਕ ਠਾਕ, ਤੁਸੀਂ ਸੁਣਾਓ? ਅੱਲਾ ਦਾ ਆਸਾਨ ਬਾਈ ਆਸਫ। ਬਾਈ ਆਸਫ ਦੋ ਜਾਨਵਰ ਨੇ ਆਪਣੇ, ਹਾਂਜੀ, ਤੇ ਜਾਨਵਰ ਨੰਬਰ 1 ਦਾ ਥੋੜੀ ਡਿਟੇਲ ਦਿਆ ਜੀ, ਕਿੰਨੇ ਸੂਏ ਵੀਰਾਂ ਨੂੰ? ਭਾਈ ਜਾਨ ਨੇ ਦੂਸਰਾ ਸੂਆ ਸੂਈ ਹੈ, ਪਿੱਛੇ ਇਸ ਦੇ ਬੱਚਾ ਹੈ, ਪੱਕਾ ਠੰਡਾ ਦੁੱਧ 18 ਲੀਟਰ ਹੈ ਜਿਹੜਾ ਵੀ, ਹਾਂਜੀ, ਗਾਰੰਟੀ ਸ਼ੁਦਾ ਭਾਈ ਜਾਨ ਹੈ। ਇਸੇ ਵਾਸਤੇ ਆਪਾਂ ਚਵਾਈ ਨਹੀਂ ਲਾਈ, ਛੱਟਾ ਫਾਰ, ਅਗਰ ਥਨ ਚ ਅੰਗੂਠੇ ਜਿੰਨੀ ਮੋਟੀ ਧਾਰ ਨਾ ਆਵੇ ਤਾਂ ਵੀ ਕੋਈ ਵੀਰ ਭਾਈ ਨਾ ਲੈ ਤੇ ਜਾਵੇ। ਪੂਰੀਆਂ ਗਾਰੰਟੀਆਂ ਜੀ, ਪੂਰੀਆਂ ਗਾਰੰਟੀਆਂ, ਆਵਣ ਜਾਵਣ ਦਾ ਕਿਰਾਇਆ ਵੀ ਸਾਡਾ ਹੋਵੇਗਾ, ਅਗਰ ਥਨਾਂ ਚ ਕੋਈ ਵਾਧਾ ਘਾਟਾ ਹੋਵੇ ਜਾਂ 18 ਲੀਟਰ ਦੁੱਧ ਨਾ ਹੋਵੇ, ਬੱਚੇ ਨੂੰ ਛੱਡ ਤੇ ਭਾਈ ਜਾਨ। ਸਹੀ ਹੋ ਗਿਆ। ਇਹਦਾ ਮੁਹੱਬਤ ਵਾਲਾ ਮੁੱਲ ਦੱਸੋ ਜਾਨਵਰ ਨੰਬਰ 1 ਦਾ। ਭਾਈ ਜਾਨ ਮੁੱਲ ਤਾਂ ਇਹਦਾ ਵੱਛੀ ਜਿਵੇਂ ਖੂਬਸੂਰਤ ਤੇ ਸੋਹਣੀ ਹੈ, 3.5 ਲੱਖ ਮੁੱਲ ਇੱਥੇ ਕਰਦੇ ਪੈਸੇ ਹੈ। ਨਹੀਂ, ਮੁਹੱਬਤ ਵਾਲਾ ਮੁੱਲ ਕਰੋ ਜੀ, ਮੁਹੱਬਤ ਵਾਲਾ ਮੁੱਲ ਭਾਈ ਜਾਨ 2,90,000 ਰੁਪਇਆ। 2,90,000 ਇਹਦੇ ਚੋਂ ਅਸ ਭਾਈ ਕੋਈ ਗੁੰਜਾਇਸ਼ ਹੈ, ਕੋਈ ਵੀਰ ਭਾਈ ਆਵੇਗਾ ਪਿਆਰ ਮੁਹੱਬਤ ਜ਼ਰੂਰ ਹੋ ਜਾਏਗੀ। ਠੀਕ ਹੋ ਗਿਆ ਜੀ। ਜਾਨਵਰ ਨੰਬਰ 2 ਉਹਦਾ ਕੀ ਸਿਲਸਿਲਾ ਹੈ? ਉਹਦੇ ਕੋਲੇ ਵੀ ਭਾਈ ਜਾਨ ਪੱਕਾ ਠੰਡਾ 18 ਲੀਟਰ ਦੁੱਧ ਹੈਗਾ। ਠੀਕ ਹੋ ਗਿਆ, ਹਾਂਜੀ, ਉਹਦਾ ਵੀ ਮਾਸ਼ਾਅੱਲਾ ਚਵਾਚਬੂ ਬਹੁਤ ਸੋਹਣਾ ਹੈ। ਠੀਕ ਹੋ ਗਿਆ। ਤੇ ਅਗਰ ਕੋਈ ਵੀਰ ਭਾਈ ਆਵੇ ਜਾਂ ਨਾ ਆਵੇ, 18 ਲੀਟਰ ਦੁੱਧ ਨਾ ਹੋਵੇ, ਤੇ ਇਸ ਗੱਲ ਦੀ ਸਾਡੀ ਗਾਰੰਟੀ ਹੈ, 2 ਟਾਈਮ ਚਵਾਈ ਕਰਾਵੇ ਦੋਨਾਂ ਦੀ, ਲਾਈਵ ਚਵਾਈ ਦੇਖ ਲਵੇ, ਅਸੀਂ ਭਾਈ ਜਾਨ ਪੂਰਾ ਕਰਾਵਾਂਗੇ, ਗੜਵੀਆਂ ਮਰਾਵਾਂਗੇ ਭਾਈ। ਸਹੀ ਹੋ ਗਿਆ, ਹਾਂਜੀ, ਉਹਦੇ ਪਿੱਛੇ ਵੱਛੀ ਹੈ ਭਾਈ। ਜ਼ਬਰਦਸਤ ਹੋ ਗਿਆ। ਜਾਨਵਰ ਨੰਬਰ 2 ਪਿੱਛੇ ਵੱਛੀ ਹੈ, ਜਾਨਵਰ ਨੰਬਰ 1 ਪਿੱਛੇ ਵੱਛਾ ਹੈ। ਵੱਛਾ ਹੈ। ਉਹਦਾ ਮੁੱਲ ਦੱਸੋ ਜੀ ਜਾਨਵਰ ਨੰਬਰ 2 ਉਹਦਾ ਵੀ ਭਾਈ ਜਾਨ ਮੁੱਲ ਕਰਨ ਨੂੰ ਤਾਂ ਕੀਤੀ ਹੈਗੀ 3,50,000 ਜਾਂ 3,30,000 ਹੈ, ਉਹ ਵੀ ਭਾਈ ਜਾਨ ਫਾਈਨਲ ਪਿਆਰ ਵਿਦਕਾਰ 2,90,000 ਰੁਪਇਆ ਹੁੰਦਾ। 2,90,000 ਹੁੰਦਾ, 2,90,000 ਰਹਿੰਦਾ, ਹਾਂਜੀ। ਤਾਜ਼ੀਆਂ ਸੂਈਆਂ ਨੇ, ਦਸਾਂ 12-12 ਦਿਨਾਂ ਦੀਆਂ ਮੈਲਾ ਹਾਲੇ ਇਹਨਾਂ ਨੇ ਸੱਟਣਾ ਸ਼ੁਰੂ ਕੋ ਨਹੀਂ ਕੀਤਾ, 15 ਦਿਨਾਂ ਤੋਂ ਬਾਅਦ ਮੈਲਾ ਕਰਨੀਆਂ ਸ਼ੁਰੂ। ਠੀਕ ਹੋ ਗਿਆ, ਹਾਂਜੀ ਭਾਈ। ਇਹਨਾਂ 'ਚ ਦੋਵਾਂ 'ਚ ਗੁੰਜਾਇਸ਼ ਹੈ? ਹਾਂਜੀ, ਦੋਵਾਂ 'ਚ ਗੁੰਜਾਇਸ਼ ਹੋ ਜਾਏਗੀ ਜੀ, ਕੋਈ ਵੀਰ ਭਾਈ ਆਵੇਗਾ ਸਾਡੇ ਬੂਹੇ ਤੇ। ਠੀਕ ਹੋ ਗਿਆ, ਹਾਂਜੀ। ਭਾਈ ਆਸਫ ਨੇ 2,90,000 ਰੁਪਇਆ ਡਿਮਾਂਡ ਜਾਨਵਰ ਨੰਬਰ 1 ਦੀ ਕੀਤੀ ਹੈ, ਜਾਨਵਰ ਨੰਬਰ 2 ਦੀ 2,90,000 ਡਿਮਾਂਡ ਕੀਤੀ ਹੈ। ਕੋਈ ਵੀ ਵੀਰ ਦੋਸਤ ਖਰੀਦਣਾ ਚਾਹੁੰਦਾ ਹੈ, ਸਾਡਾ ਵਟਸਐਪ ਨੰਬਰ ਨੋਟ ਕਰ ਲਓ, 0322-7087-633, ਫਿਰ ਨੋਟ ਕਰ ਲਓ, 0322-7087-633, ਇਹ ਸਾਡਾ ਰਾਬਤਾ ਨੰਬਰ ਹੈ, ਇਹ ਸਾਡਾ ਵਟਸਐਪ ਨੰਬਰ ਹੈ। ਹੁਣ ਆਪਣੇ ਮੇਜ਼ਬਾਨ ਸਾਜਿਦ ਵਿਰਕ ਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼।